ब्रेक तो बाद इक बार फिर तो ਤੁਹਾਡਾ ਸਵਾਗਤ ਹੈ ਤੇ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਹੋਂਨੇ ਹੋਣੇ ਇੱਥੇ ਪ੍ਰੋਗਰਾਮ ਵਿੱਚ ਜੁੜੇ ਨੇ ਤਾਂ ਅਸੀਂ ਤੁਹਾਨੂੰ ਦੱਸਦੇ ਕਿ ਸੰਗਤ ਟੀਵੀ ਤੇ ਇਸ ਵੇਲੇ ਤੁਸੀਂ ਸਾਡਾ ਲਾਈਵ ਪ੍ਰੋਗਰਾਮ ਦੇਖ ਰਹੇ ਹੋ ਗੁੱਡ ਮਾਰਨਿੰਗ ਸੰਗਤ ਇਸ ਵੇਲੇ 8 ਵੇ ਟੂ ਸ਼ੁਰੂ ਹੁੰਦਾ ਹੈ ਸੋਮਵਾਰ ਤੋਂ ਸ਼ੁੱਕਰਵਾਰੀ ਪ੍ਰੋਗਰਾਮ ਤੁਸੀਂ ਦੇਖਦੇ ਹੋ ਤੇ ਜਿਹੜੇ ਸਾਡੇ ਦਰਸ਼ਕ ਸਾਡੇ ਨਾਲ ਪ੍ਰੋਗਰਾਮ ਵਿੱਚ ਇੱਥੇ ਜੁੜਨਾ ਚਾਹੁੰਦੇ ਨੇ ਜਾਂ ਆਪਣੇ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਆਪਣੇ ਵਿਚਾਰ ਰੱਖਣਾ ਚਾਹੁੰਦੇ ਨੇ ਤਾਂ ਥੱਲੇ ਅਸੀਂ ਸਕਰੀਨ ਤੇ ਨੰਬਰ ਦਿੱਤੇ ਹੋਏ ਨੇ ਤੁਸੀਂ ਸਾਨੂੰ ਉੱਥੇ ਕੰਟੈਕਟ ਕਰ ਏ ਅਸੀਂ ਇਹ ਕਿਹਾ ਸੀ ਵੀ ਬੀਜਪੀ ਦਾ ਵੀ ਵਿਰੋਧ ਹੋਇਆ ਬਟੰਡੇ ਚ ਹਾਂਜੀ ਸੁਖਵੀਰ ਬਾਦਲ ਦਾ ਲੁਧਿਆਣੇ ਚ ਤੇ ਜਿਹੜਾ ਓਪੀਸ ਹੁੰਨੀ ਹੈ ਜੈਤੋ ਚ ਉਹਨਾਂ ਦਾ ਵਿਰੋਧ ਹੋਇਆ ਹਾਂਜੀ ਸੋ ਉੱਥੇ ਜਿਹੜਾ ਪਟਿਆਲੇ ਦੇ ਵਿੱਚ ਜਿਹੜਾ ਲੁਧਿਆਣੇ ਦੇ ਵਿੱਚ ਇੱਕ ਕਿਸਾਨ ਦੀ ਪੁਲਿਸ ਜਿਹੜਾ ਮੁਲਾਜ਼ਮ ਸੀ ਉਹਨੇ ਪੱਗ ਲਾਈ ਉਹਨੂੰ ਲੈ ਕੇ ਵੀ ਇਹ ਫੈਸਲਾ ਹੋ ਗਿਆ ਕਿ ਉੱਥੇ ਉਹ ਮਾਫੀ ਮੰਗੇਗਾ ਜਾਂ ਜੇ ਹੋਰ ਕਾਰਵਾਈ ਕਰਨੀ ਪਈ ਪੁਲਿਸ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਸੋ ਕਿਸਾਨਾਂ ਦੇ ਵਿੱਚ ਜਿਹੜਾ ਰੋਸ ਹੈ ਗੁੱਸਾ ਉਹ ਤਾਂ ਹੈ ਹੀ ਹੈ ਨਾ ਇਸ ਮਾਮਲੇ ਦੇ ਉੱਪਰ। ਤੋਂ ਇਸ ਕਰਕੇ ਉਹ ਨਹੀਂ ਚਾਹੁੰਦੇ ਕਿ ਅਜੇ ਪੰਜਾਬ ਦੇ ਵਿੱਚ ਇਹੋ ਜੀਆਂ ਸਰਗਰਮੀਆਂ ਕੀਤੀਆਂ ਜਾਣ। ਪਰ ਇੱਕ ਸਵਾਲ ਇਹਦੇ ਤੇ ਵੀ ਉੱਠਦਾ ਹੈ। ਕਿ ਬਾਕੀ ਕਿਸਾਨਾਂ ਨੂੰ ਤਾਂ ਤੁਸੀਂ ਕਹਿੰਨੇ ਬਾਕੀ ਪਾਰਟੀਆਂ ਨੂੰ ਕਹਿੰਨੇ ਵੀ ਸਰਗਰਮੀਆਂ ਨਾ ਕਰਨ। ਪਰ ਜਿਹੜੇ ਗੁਰਨਾਮ ਸਿੰਘ ਚਡੂਨੀ ਨੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਨੇ ਜਦੋਂ ਉਹ ਜਾ ਕੇ ਸਰਗਰਮੀਆਂ ਕਰਦੇ ਜਦੋਂ ਉਹ ਇਸ ਤਰੀਕੇ ਦੀਆਂ ਰੈਲੀਆਂ ਕਰਦੇ ਉਹਨਾਂ ਨੂੰ ਵੀ ਤਾਂ ਰੋਕਣਾ ਬਣਦਾ ਤੁਸੀਂ ਬਾਕੀਆਂ ਨੂੰ ਰੋਕੋ ਤੇ ਉਹਨੂੰ ਨਾ ਰੋਕੋ ਇਹ ਗਲਤ ਆਏਗਾ ਸੰਯੁਕਤ ਮੋਰਚੇ ਨੂੰ ਇਹਦੇ ਦੇ ਉੱਪਰ ਸਟੈਪ ਜਿਹੜਾ ਲੈਣਾ ਚਾਹੀਦਾ ਵਿਚ ਡੋਨੀ ਆਵੇ ਤੇ ਉਮੀਦਵਾਰ ਅਨਾਉਂਸ ਕਰੇ ਕੱਟ ਕਰੇ ਉਹਨੂੰ ਕੋਈ ਉਹਦਾ ਵੀ ਕੱਟ ਪੋਲੀਟੀਕਲ ਹੈਗਾ ਹਾਂਜੀ ਸੋ ਸੰਯੁਕਤ ਮੋਰਚੇ ਨੇ ਜਿਹੜੀ ਹੁਣ ਤੱਕ ਪਹੁੰਚ ਪਣਾਈ ਆ ਉਹਨੂੰ ਉਸੇ ਪਹੁੰਚ ਦੇ ਉੱਪਰ ਕਾਇਮ ਰਹਿਣਾ ਚਾਹੀਦਾ ਇਹ ਡਿਵੀਏਸ਼ਨ ਨਹੀਂ ਉਹਦੇ 'ਚ ਆਉਣ ਦੇਣੀ ਚਾਹੀਦੀ ਜੇ ਇੱਕ ਨੂੰ ਖੁੱਲ ਦੋਗੇ ਤਾਂ ਦੂਜਿਆਂ ਨੂੰ ਵੀ ਖੁੱਲ ਮਿਲੇਗੀ ਉਪਰੋਲੇ ਨੂੰ ਸੰਗਲਾਈਸੁਰਾ ਸਵਾਗਤ ਆਪਣਾ ਨਾਮ ਦੱਸੋ ਹੈਲੋ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਰੁਹੀ ਮੋਕਤਾ ਨੂੰ ਹਾਂਜੀ ਕਿੱ사 ਠੀਕ ਆ ਜੀ ਹਾਂਜੀ ਠੀਕ ਆ ਜੀ ਤੁਸੀਂ ਦੱਸੋ ਹਾਂਜੀ ਮੈਂ ਇਹ ਕਹਣਾ ਸੀ ਜਿੱਦਾਂ ਉਹ ਕੱਲੇ ਨਾਲ ਬਾਰੇ ਕਹਿੰਦੇ ਕੀ ਬੋਹੀਰੀ ਤੋਂ ਸੀ ਵੀ ਆਈ ਰਹੇ ਹੋਏ ਤੇ ਨਾਲ ਆ ਜਿਆਦਾ ਬਰਾ ਦਤਾ ਆ ਹਾਂਜੀ ਹਾਲੇ ਸਤਿ ਸ੍ਰੀ ਅਕਾਲ ਹਾਂਜੀ ਪਰ ਇਹ ਦੇਖੋ ਜਿੱਦਾਂ ਦੇ ਉਹ ਆਪ ਹੈਗੇ ਆ ਲੀਡਰ ਬੰਦੇ ਸਟਾਫ ਪ੍ਰਾਈਮਿਸ ਤੇ ਜੀ ਉਹਨਾਂ ਦੇ ਬੰਦੇ ਰੱਖੀ ਜਾਂਦੇ ਆ ਉਹਨਾਂ ਨੂੰ ਜਿਹੜੇ ਉਹਨਾਂ ਦੇ ਇੰਨੀ ਵਾਰੀ ਆਪਣੀ ਪੋਸਟ ਦਾ ਬਤਾਰਿਆ ਸੀ ਵੀ ਰੋਂਗ ਕਰ ਰਹੇ ਆ ਉਹ ਵੀ ਆਪਣੀ ਪੋਸਟ ਨੂੰ ਮਤਲਬ ਕਿ ਐਗਰੀ ਕਰ ਲੈਂਦੇ ਟਾਈਮ ਦੇ ਲਈ ਅੱਗੇ ਵਧਾਉਣ ਦੇ ਲਈ ਜੀ ਜੀ ਜਿੱਦਾਂ ਨਹੀਂ ਨਿਕਲੀ ਜਿੱਦਾਂ ਆਂ ਕਹਿੰਦੇ ਪੋਸਟ ਦੇ ਪਿੱਛੇ ਬਾਰੇ ਫਾਇਦੇ ਸੌ ਦਰੇ ਸਨਾ ਚੀ ਵੀ ਆਈ ਸਾਰੇ ਰੱਖੇ ਹੋਏ ਬੰਦੇ ਵੀ ਹੂੰ ਹੂੰ ਜੀ ਠੀਕ ਹੈ ਜੀ ਅੰਨੇ ਤਾਂ ਇਹਦੇ ਵਿੱਚ ਸਿੱਕੇ ਨੇ ਸੀ ਬਾਦਲ ਦੀ ਨਾ ਆ ਇਨੇ ਦੇਖੋ ਪਹਿਲਾਂ ਆਪਣੇ ਤੇ ਗੁਰਦਵਾਰੇ ਨਾ ਕੋ ਸੰਭਾਲਦੇ ਹੁੰਦੇ ਹੂੰ ਵੀ ਉੱਥੋਂ ਜਿਹੜਾ ਹੁਣ ਪਾਕਿਸਤਾਨ ਦੇ ਗੁਰਦਵਾਰਾਂ ਸੁਭਾਲਾ ਜਾਣਾ ਇੱਥੇ ਤੇ ਗੁਰਦਵਾਰੇ ਕਹਿੰਦੇ ਜਿਹੜੇ ਉਹਨਾਂ ਨੇ ਕਿਦਾਂ ਉਹ ਬੰਦਨ ਮਾਰਿਆ ਸੀ ਤੇ ਉਹਨੂੰ ਗੁਰਦਵਾਰ ਕਹਿੰਦੇ ਵੀ ਹਰੇ ਨਿਰੰਕਾਰ ਹੀ ਉਹ ਗੁਰਦਵਾਰੇ ਸੰਭਾਲਣ ਹੂੰ ਇਹ ਹੁਣ ਕਤਾਰਪੁਰ ਦਾ ਇਹ ਆਪਣਾ ਲੈਂਗਵੇਜ ਦਾ ਹੈਗਾ ਉਹਨੂੰ ਕਹਿੰਦੇ ਸੀ ਸੰਭਾਲਣਗੇ ਲੋਕ ਹਾਂਜੀ ਲੰਡਾ ਕੋਲ ਨਹੀਂ ਰਹੇ ਤਾਂ ਉਹ ਤਾਂ ਮਜਰੂਰ ਦੇਣਗੇ ਉਹ ਉਹ ਤਾਂ ਬਸ ਉਹਨ ਭੇੜ ਚਾਲ ਬਣ ਗਿਆ ਨਾ ਸਾਰੇ ਜਿਹੋ ਚਨੀ ਨੇ ਸ਼ੁਰੂ ਕੀਤੀ ਤਾਂ ਨਾਨਾ ਨਹੀਂ ਉਹ ਵੀ ਬਸ ਵੀ ਇਦਾਂ ਇਦਾਂ ਆਪਣੀ ਜ਼ਮੀਨ ਕਹਿੰਦੇ ਇਹ ਜ਼ਮੀਨ ਨਾਲ ਵਿੱਚ ਉਹ ਤੁਸੀਂ ਪੰਜ ਨਹੀਂ ਦੇ ਸਕਦੇ ਸਾਨੂੰ ਇਦਾਂ ਕੌਣ ਦੇ ਸਕਦਾ ਹੈ ਆਪਣੀ ਆਪਣੀ ਨਾ ਵੀ ਕਰਦੇ ਨੇ ਪਾਲਿਸੀ ਨਹੀਂ ਮੈਂ ਭੈਣ ਜੀ ਅਸੀਂ ਦੱਸਣਾ ਚਾਹੁੰਦੇ ਹਾਂ ਅਸੀਂ ਗੱਲ ਕਰਦੇ ਆ ਕਿ ਅਸੀਂ ਜਦੋਂ ਬੰਗਲਾਦੇਸ਼ ਨਾਲ ਅਸੀਂ ਸਮਝੌਤਾ ਕੀਤਾ ਅਸੀਂ ਜਿਹੜਾ ਇੱਕ ਹਿੱਸਾ ਉਹਨਾਂ ਨੂੰ ਦਿੱਤਾ ਸੀ ਉਹਨਾਂ ਨੇ ਸਾਨੂੰ ਇੱਕ ਹਿੱਸਾ ਦਿੱਤਾ ਫਿਰ ਜਿਹੜਾ ਫਿਰੋਜ਼ਪੁਰ ਜ਼ਿਲ੍ਹਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਵੀ ਕੁਝ ਪਿੰਡ ਜਿਹੜੇ ਆ ਉਧਰੋਂ ਸਾਡੇ ਵਾਲਾ ਆਏ ਸੀਗੇ ਜਿਹੜੇ ਉਹ ਦਰਿਆ ਦੇ ਨਾਲ ਨੇ ਤਾਂ ਕੁਝ ਉਧਰ ਦਿੱਤੇ ਗਏ ਸੀ ਹੋ ਸਕਦਾ ਇਹ ਕੋਈ ਐਡਾ ਮਾਮਲਾ ਪਰ ਇਹ ਨਾ ਪਰ ਇਹ ਤੇ ਇਮਰਾਨ ਖਾਨ ਨੂੰ ਤੇ ਇਹ ਤੇ ਗਾਲੀ ਨਹੀਂ ਕੱਢਦਾ ਉਹ ਇੰਨਾ ਚੰਗਾ ਬੰਦਾ ਆ ਪਰ ਇਹ ਦਬਾ ਚੰਗਾ ਮੈਂ ਲੜਾਈ ਕਰਨ ਲੜਾਈ ਕਰਨੀ ਬਸ ਲੜਾਈ ਕਰਨੀ ਮੇਰੇ ਲਈ ਇਹੀ ਕਰਕੇ ਹਾਂ ਜੀ ਠੀਕ ਹੈ ਜੀ ਜੀ ਤੇ ਇਹ ਜੇ ਉਹਨਾਂ ਗੱਲਬਾਤ ਕਰੋ ਤਾਂ ਉਹ ਤਾਂ ਹੀ ਦਊਗਾ ਕਿ ਜਿਹਨੇ ਉਹਨਾਂ ਇੰਨਾ ਵਿਰੋਧ ਜਾਂ ਕਰ ਲਿਆ ਉਹ ਇੰਨਾ ਚੰਗਾ ਬੰਦਾ ਉਹਨਾਂ ਨੂੰ ਪਾਕਿਸਤਾਨ ਨੂੰ ਮਿਲਿਆ ਆ ਪਰ ਇਹਨੂੰ ਹੈ ਹੀ ਨਹੀਂ ਇਹਦੇ ਬਸ ਲੜਾਈ 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 ਬਸ ਆਰਗੇਸਟਰ ਨਾਲ ਲੜਾਈਆਂ ਹੀ ਕਰਨੀਆਂ ਬਸ ਇਹਨੇ ਜੀ ਜੀ ਤੁਹਾਡਾ ਰਾਈਟਰ ਜੀ ਹਾਂ ਜੀ ਸੌਖੇ ਬੇਟੇ OK ਜੀ ਤੁਹਾਡੇ ਗੱਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਹਾਂ ਜੀ ਤੁਹਾਡਾ ਅਕਤ ਬਾਏ ਬਾਏ OK ਜੀ ਬਾਏ ਬਾਏ ਜੀ ਹਾਂ ਜੀ ਇਹ ਇਹਨਾਂ ਜਿਹੜੀ ਗੱਲਾਂ ਨਾ ਇਹ ਜ਼ਮੀਨ ਅਜੇ ਤੱਕ ਕੋਈ ਹੈ ਨਹੀਂ ਨਾ ਇਹ ਜ਼ਮੀਨ ਟਰਾਂਸਫਰ ਹੋ ਸਕਦੀ ਹੁੰਦੀ ਤੁਸੀਂ ਜਿੰਨੀ ਜ਼ਮੀਨ ਦੇਣੀ ਉਹਨੇ ਲੈਣੀ ਹੈ ਨਾ ਇਹ ਤਾਂ ਹੀ ਹੋ ਸਕਦਾ ਜੇ ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਦੀ ਸਹਿਮਤੀ ਬਣੇ ਜੇ ਨਹੀਂ ਸਹਿਮਤੀ ਬਣਦੀ ਤਾਂ ਚੱਲੇ ਜਾਊਗਾ 2 ਕਿਲੋਮੀਟਰ ਬਾਰਡਰ ਹੀ ਅੱਗੇ ਕਰਨਾ ਨਾ ਹਾਂਜੀ ਤੇ ਉਹ ਕੀਤਾ ਜਾ ਸਕਦਾ ਪਰ ਇਹ ਹੁਣ ਦੋਨੋਂ ਦੇਸ਼ਾਂ ਦੀ ਜੇ ਉਹਨਾਂ ਨੇ ਕਮਰਸ਼ੀਅਲ ਪਾਸੇ ਨੂੰ ਚਲਪੇ ਪਾਕਿਸਤਾਨ ਹਾਂ ਵੀ ਜੇ ਸਰਦਾਲ ਹੁੰਦੇ ਸਾਡਾ ਇਹਦੇ ਨਾਲ ਟੂਰਿਜ਼ਮ ਵਧੇਗਾ ਤੇ ਕਾਰੋਬਾਰ ਵੀ ਵਧੇਗਾ ਜੀ ਤੋ ਹੋ ਸਕਦਾ ਉਹ ਨਾ ਇਸ ਗੱਲਾਂ ਸਹਿਮਤ ਹੋਣ ਹੂੰ ਸੋ ਅਜੇ ਤਾਂ ਇਹ ਨੀਚੇਲ ਗੱਲ ਹੈਗੀ ਹੈ ਨਾ ਇਹਦੇ ਚ ਕੀ ਵਾਪਰਦਾ ਕਿੱਧਰ ਨੂੰ ਗੱਲ ਤੁਰੇਗੀ ਇਹ ਤਾਂ ਅਜੇ ਸ਼ੁਰੂਆਤ ਹੈਗੀ ਜੀ ਸੋ ਇਹ ਦੇਖਣਾ ਹੋਵੇਗਾ ਇਹਦੇ ਤੇ ਕੀ ਵਾਪਰਦਾ ਕਿੱਧਰ ਨੂੰ ਮਾਮਲੇ ਜਾਂਦੇ ਸੋ ਇਹ ਚੰਗੀ ਗੱਲ ਹੋਵੇ ਜੇ ਇੱਕ ਦਿਨ ਇਹ ਗੱਲ ਵਾਪਰ ਜੇ ਕਿ ਉਹ ਜ਼ਮੀਨ ਜਿਹੜੀ ਆ ਉਹ ਇੰਡੀਆ ਨੂੰ ਮਿਲ ਜੇ ਭਾਰਤ ਨੂੰ ਮਿਲ ਜੇ ਹੂੰ ਤੇ ਇਹੋ ਜਿਹਾ ਕੋਈ ਰਿਕਾ ਹੀ ਨਾ ਰਹੇ ਜੇ ਜਦੋਂ ਮਰਜੀ ਕੋਈ ਜਾਵੇ ਜੋਸ਼ ਦੀ ਮौज ਆ ਸਵੇਰੇ ਜਾਵੇ ਸ਼ਾਮ ਜਾਵੇ ਸੋ ਦੇ ਦੇ ਵਿੱਚ ਤੱਕ ਕਿਸੇ ਗੁਰਦੁਆਰੇ ਤੁਸੀਂ ਕਦੇ ਵੀ ਜਾ ਸਕਦੇ ਹੋ ਤੇ ਜੇ ਉਹ ਇਹ ਗੱਲ ਹੋ ਜੇ ਤੇ ਸਾਰਿਆਂ ਲਈ ਜਿਆਦਾ ਵਧੀਆ ਹੋਏਗੀ ਪਰ ਦੇਖਣਾ ਹੋਏਗਾ ਕਿ ਇਹਦੇ ਤੇ ਕੋਈ ਸਹਿਮਤੀ ਬਣੇਗੀ ਜਾਂ ਨਹੀਂ ਬਣੇਗੀ ਜੀ ਤੇ ਅਗਲੇ ਮੁੱਦੇ ਵੱਲ ਵਧਾਂਗੇ ਉਸ ਤੋਂ ਪਹਿਲਾਂ ਖੇਡ ਦੀ ਗੱਲ ਕਰ ਲਈ ਆ ਓਸਟ੍ਰੇਲੀਆ ਪਹਿਲੀ 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 ਵਾਰ 2020 ਦੀ ਚੈਂਪੀਅਨ ਬਣੀ ਹੈ ਬਿਕੋਜ਼ ਜੋਸ਼ ਜੀ ਜਿਹੜਾ 2020 ਹੈ ਨਾ ਇਹਨੂੰ ਅਜੇ 14 ਸਾਲ ਦੀ ਇਹਦੀ ਉਮਰ ਹੈ 2020 ਦੀ ਜਿਹੜਾ ਪਹਿਲਾ 2020 ਖੇਡਿਆ ਗਿਆ ਸੀ ਉਹ ਭਾਰਤ ਉਹਦਾ ਚੈਂਪੀਅਨ ਬਣਿਆ ਸੀ ਇਹ 2007 ਦੀ ਗੱਲ ਹੈਗੀ ਹੂੰ ਉਹ ਤੋਂ ਅਗਲਾ ਜਿਹੜਾ ਚੈਂਪੀਅਨ ਆ ਉਹ ਪਾਕਿਸਤਾਨ ਬਣਿਆ ਸੀਗਾ ਹੂੰ 2 2009 ਦੇ ਵਿੱਚ ਹਾਂਜੀ ਜਿਹੜਾ ਤੀਜਾ ਚੈਂਪੀਅਨ ਬਣਿਆ ਉਹ ਬਣਿਆ ਸੀਗਾ ਇੰਗਲੈਂਡ ਹੂੰ ਜਿੱਤੇ ਸਾਡੀ ਹੁਣ ਸਾਰੇ ਗਲਬਾ ਜਾਰੀ ਹੈ ਇੰਗਲੈਂਡ ਨੂੰ ਵੀ ਇੱਕ ਵਾਰੀ ਚੈਂਪੀਅਨ ਬਣ ਦਾ ਮਾਣ ਮਿਲਿਆ ਹੋਇਆ ਹਾਂਜੀ ਉਹ ਤੋਂ ਅੱਗੇ ਅਗਲਾ ਬਣਿਆ ਸੀ ਵੈਸਟ ਇੰਡੀਜ਼ ਹੂੰ ਵੈਸਟ ਇੰਡੀਜ਼ ਤੋਂ ਬਾਅਦ ਜਿਹੜਾ ਇੱਕ ਵਾਰੀ ਸ਼੍ਰੀਲੰਕਾ ਬਣਿਆ ਵੈਸਟ ਇੰਡੀਜ਼ ਫਿਰ ਦੁਬਾਰਾ ਜਿਹੜਾ ਨਾ ਉਹ ਚੈਂਪੀਅਨ ਬਣ ਗਿਆ ਸੀਗਾ ਜੀ ਤੇ ਵਿੱਚ ਨੂੰ ਕੋਰੋਨਾ ਕਰਕੇ ਇੱਕ ਵਾਰੀ ਇਹ ਜਿਹੜਾ ਚੈਂਪੀਅਨਸ਼ਿਪ ਨਹੀਂ ਹੋ ਸਕੀ ਤੇ ਹੁਣ ਜਿਹੜੀ ਹੈ ਚੈਂਪੀਅਨਸ਼ਿਪ ਹੋਈ ਤਾਂ ਉਹਦੇ ਵਿੱਚ ਆਸਟ੍ਰੇਲੀਆ ਬਣ ਗਿਆ ਜਦੋਂ ਕਿ ਮਿਹਨਤ ਜਿਹੜੀ ਹੈ ਨਿਊਜ਼ੀਲੈਂਡ ਦੀ ਟੀਮ ਨੇ ਵੀ ਚੰਗੀ ਕੀਤੀ ਸੀ ਇੱਕ ਅੱਛਾ ਖਾਸਾ ਸਕੋਰ ਉਹਨਾਂ ਨੇ ਬਣਾਇਆ ਸੀਗਾ ਪਰ ਇਹ ਜਿਹੜਾ ਟੀਚਾ ਸੀਗਾ 172 ਦੌੜਾਂ ਦਾ ਬਣਾਉਣ ਦਾ ਉਹ ਆਸਟ੍ਰੇਲੀਆ ਨੇ ਇੱਕ ਓਵਰ ਤੇ ਇੱਕ ਗੇਂਦ ਰੰਦੀਆਂ ਪਹਿਲਾਂ ਬਣਾ ਲਿਆ ਸੀਗਾ ਇਹ ਕਰਕੇ ਉਹਨੇ ਦੌੜਾਂ ਪਹਿਲਾਂ ਬਣਾ ਲੀਆਂ ਤੇ ਉਹ ਸਫਲ ਹੋ ਗਏ ਤੇ ਮੈਰਕਲ ਨਿਊਜ਼ੀਲੈਂਡ ਜਿਹੜਾ ਉਹ ਤੀਜੀ ਚੌਥੀ ਵਾਰੀ ਤੇਜੀ ਵਾਰੀ ਫਾਈਨਲ ਚ ਪਹੁੰਚਿਆ ਸੀ ਉਹ ਤਿੰਨੇ ਵਾਰੀ ਉਹ ਰਹਿ ਗਿਆ ਹੂੰ ਹੂੰ ਇਹਨੂੰ ਕਈ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦਾ ਲਾਲ ਕੈਦਨ ਦੇ ਵੀ ਕਿ ਕਾਲੀ ਬਿੱਲੀ ਰਸਤਾ ਕੱਟ ਗਈ ਆ ਇਸ ਕਰਕੇ ਉਹਨਾਂ ਦੇ ਹੱਕ ਚ ਜਿਹੜਾ ਚੈਂਪੀਅਨਸ਼ਿਪ ਦਾ ਖਿਤਾਬ ਉਹ ਨਹੀਂ ਹੁੰਦਾ ਪਤਾ ਨਹੀਂ ਇਹ ਤਾਂ ਵੈਸੇ ਚਰਚਾ ਸਾਡਾ ਇਹਦੇ ਚ ਕੋਈ ਵਿਸ਼ਵਾਸ ਨਹੀਂ ਹੈਗਾ ਪਰ ਚਰਚਾ ਚਰਚੇ ਹੁੰਦੀ ਹੈ ਹਾਂਜੀ ਸੋ ਇਸ ਤਰੀਕੇ ਨਾਲ ਜਿਹੜਾ ਇਹ ਚੰਗੀ ਗੱਲ ਹੋਈ ਹੈ ਜਿਹੜਾ ਆਸਟ੍ਰੇਲੀਆ ਨੂੰ ਵੀ ਮੌਕਾ ਮਿਲਿਆ ਚੈਂਪੀਅਨਸ਼ਿਪ ਬਣਦਾ ਕਦੇ ਆਸਟ੍ਰੇਲੀਆ ਦੇ ਦਿਲ ਕੋ ਖੁਸ਼ ਕਰਨੇ ਕੋ ਗਾਲੀ ਵੀ ਇਹ ਖਿਆਲ ਵੀ ਅੱਛਾ ਹੈ ਹਾਂ ਨਹੀਂ ਕਈ ਤਰ੍ਹਾਂ ਦਾ ਕਹਿ ਦਿੱਤਾ ਜਾਂਦਾ ਵੀ ਲੋਟ ਕੇ ਬੁੱਧੂ ਘਰ ਕੋ ਆਏ ਖੈਰ ਇਹਦਾ ਪਹਿਲਾ ਚੈਂਪੀਅਨ ਭਾਰਤ ਸੀਗਾ ਤੇ ਹੁਣ ਇਸ ਵੇਲੇ ਆਸਟ੍ਰੇਲੀਆ ਦਾ ਚੈਂਪੀਅਨ ਜਿਹੜਾ ਬਣ ਗਿਆ ਹਾਂਜੀ ਪਰ ਇੱਕ ਗੱਲ ਹੋਰ ਇਹਦੇ ਚ ਕਹੀ ਜਾ ਰਹੀ ਹੈ ਵੀ ਜਿਹੜਾ ਉੱਥੇ ਅਨਾਮੀ ਰਾਸ਼ੀ ਸੀਗੀ ਜਿਹੜੀ ਆਈਪੀਐਲ ਦੀ ਅਨਾਮੀ ਰਾਸ਼ੀ ਹੈ ਉਹਦੇ ਤੋਂ ਕਾਫੀ ਵੱਧ ਹੈ ਇਹਦੇ ਚ ਤਾਂ ਵਿਸ਼ਵ ਚੈਂਪੀਅਨ ਬਣਿਆ ਉਹਨੇ ਇਨਾਮੀ ਰਾਸ਼ੀ ਨਹੀਂ ਹੈਗੀ ਹਾਂਜੀ ਚਲੋ ਫੇਰ ਵੀ ਬਥੇਰਾ ਹੈਗਾ ਖਿਡਾਰੀਆਂ ਦੀ ਕਾਫੀ ਹੌਸਲਾ ਬਜਾਈ ਜਿਹੜੀ ਹੈ ਨਹੀਂ ਕਾਫੀ ਹੈਗੀ ਹੂੰ ਸੋ ਇਸ ਤਰੀਕੇ ਨਾਲ ਜਿਹੜਾ ਆਸਟ੍ਰੇਲੀਆ ਜਿਹੜਾ ਨਾ ਉਹ ਕੋਈ ਇਹਨੂੰ ਬਾਦਸ਼ਾਹ ਕਹੀ ਜਾਂਦਾ ਕੋਈ ਕਿੰਗ ਕਹੀ ਜਾਂਦਾ ਹੈ ਕੋਈ ਸਰਤਾਜ ਕਹੀ ਜਾਂਦਾ ਸੋ ਇੱਕ ਅਰਸੇ ਬਾਅਦ ਜਿਹੜਾ ਆਸਟ੍ਰੇਲੀਆ ਨੂੰ ਕ੍ਰਿਕਟ ਦੇ ਖੇਤਰ ਦੇ ਵਿੱਚ ਚੈਂਪੀਅਨ ਬਣ ਦਾ ਮੌਕਾ ਮਿਲਿਆ ਇਹ ਵੀ ਇਹ ਜਿਹੜੇ ਸਾਡੇ ਖਿਡਾਰੀ ਨੇ ਇਹਨਾਂ ਨੂੰ ਵੀ ਹੀਰੋ ਦੇ ਬਰਾਬਰ ਹੀ ਜਿਹੜਾ ਹੌਕੀ ਦਾ ਹੋਣ ਜਾਂ ਦੂਜੇ ਖਿਡਾਰੀ ਉਹਦੇ ਬਰਾਬਰ ਖਿਆਲ ਕੀਤਾ ਜਾਂਦਾ ਤਸਵਰ ਕੀਤਾ ਜਾਂਦਾ ਪਰ ਇੱਕ ਗੱਲ ਜਦੋਂ ਅਸੀਂ ਹੀਰੋ ਦੀ ਗੱਲ ਕਰਦੇ ਆ ਤੇ ਇੱਕ ਗੱਲ ਹੋਰ ਇਥੇ ਮਾੜੀ ਆਈ ਹੈ ਕਿ ਸਾਡੇ ਦੋ ਹੋਰ ਅਦਾਕਾਰ ਨੇ ਛਿਲਪਾ ਸ਼ੈਟੀ ਤੇ ਰਾਜਕੁੰਦਰਾ ਸਾਡੀ ਕਾਫੀ ਚਰਚਿਤ ਹੀਰੋ ਹੈ ਨਾ ਉਹ ਇੱਕ ਹੋਰ ਕੇਸ ਦੇ ਵਿੱਚ ਫਸ ਗਏ ਪਹਿਲਾ ਰਾਜਕੁੰਦਰਾ બ્લુ મૂવીઝ ਬਣਾਉਣ ਫਸਿਆ ਸੀ ਹੁਣ ਜਿਹੜਾ ਕਿਸੇ ਨਾਲ ਪੈਸੇ ਦੇ ਲੈਣ ਲੈਣ ਦੇਣ ਕਰਕੇ ਜਿਹੜਾ ਉਹ ਇੱਕੇ ਚ ਫਸ ਗਿਆ ਹਾਂਜੀ ਉਹ ਕੇਸ ਚੱਲੇਗਾ ਤੇ ਜਿੰਨਾ ਕੁ ਪੈਸਾ ਹੈ ਤਾਂ ਉਹਦੇ ਤੋਂ ਲੱਗਦਾ ਨਹੀਂਗਾ ਕਿ ਉਹ ਪੈਸਾ ਮੋੜ ਮੋੜਨਾ ਹੀ ਪੈਗਾ ਮੋੜ ਕੇ ਇਹਦਾ ਸਮਝੌਤਾ ਕੋਈ ਨਾ ਕੋਈ ਨਿਕਲੇਗਾ ਉਹ ਤੋਂ ਬਾਅਦ ਰਾਜਕੰਦਰਾ ਤੇ ਸ਼ਿਲਪਾ ਸ਼ੈਟੀ ਦੀਆਂ ਮੁਸੀਬਤਾਂ ਜਿਹੜੀਆਂ ਘਟਣਗੀਆਂ ਵੈਸੇ ਅਜੇ ਤੱਕ ਘਟ ਨਹੀਂ ਰਹੀਆਂ ਨਹੀਂ ਵਧ ਰਹੀਆਂ ਹਾਂ ਜਿਹੜੀ ਫਿਲਮ ਨਗਰੀ ਹੈ ਨਾ ਉਹ ਪਿਛਲੇ ਅਰਸੇ ਦੇ ਵਿੱਚ ਉਹਨੂੰ ਕਾਫੀ ਬਦਨਾਮ ਵੀ ਕਿਹਾ ਗਿਆ ਕੁਝ ਆਪਣੇ ਉਹਨਾਂ ਦੇ ਕਾਰਨਾਮੇ ਐਸੇ ਆ ਜਿਹਦੇ ਨਾਲ ਉਹ ਬਦਨਾਮੀ ਘਟ ਰਹੀ ਹੈ ਸੋ ਇਹ ਦੋ ਕਵਰਾਂ ਜਿਹੜੀਆਂ ਇਸ ਤਰੀਕੇ ਦੀਆਂ ਸੀ ਕਿ ਵਿੱਚ ਵਿੱਚ ਚੈਂਪੀਅਨ ਆ ਤੇ ਕਿਉਂਕਿ ਸਾਡੇ ਲੋਕਾਂ ਦੀ ਬਹੁਤ ਸਾਰਿਆਂ ਦੀ ਦਿਲਚਸਪੀ ਜਿਹੜੀ ਇਹ ਫਿਲਮਾਂ ਚ ਹੁੰਦੀ ਹੈ ਐਂਟਰਟੇਨਮੈਂਟ ਹਾਂਜੀ ਇਸ ਕਰਕੇ ਅਸੀਂ ਫਿਲਮਾਂ ਫਿਲਮਾਂ ਦੀ ਦੁਨੀਆ ਚ ਕੀ ਹੋਇਆ ਇਹਦੀ ਗੱਲ ਕੀਤੀ ਇੱਕ ਗੱਲ ਹੋਰ ਕਰਾਂਗੇ ਇੱਕ ਹੋਰ ਕਲਾਕਾਰ ਸੋਨੂ सूद ਹਾਂਜੀ ਜਿਨ੍ਹਾਂ ਨੇ ਕੋਰੋਨਾ ਕਾਲ 'ਚ ਬਹੁਤ ਮਿਹਨਤ ਕੀਤੀ ਸੀ ਉਹ ਬੁਨਿਆਦੀ ਤੌਰ ਤੇ ਜਿਹੜੇ ਆ ਉਹ ਪੰਜਾਬ ਦੇ ਆ ਮੋਗੇ ਦੇ ਉਹ ਹਾਂਜੀ ਉਹਨਾਂ ਨੇ ਕੱਲ ਉਹ ਪਹਿਲਾਂ ਪਿਛਲੇ ਦਿਨਾਂ ਦੇ ਵਿੱਚ ਕੇਜਰੀਵਾਲ ਉਹਨਾਂ ਨੂੰ ਵੀ ਮਿਲੇ ਸੀ ਫਿਰ ਉਹ ਚੰਨੀ ਚੰਨੀ ਨੂੰ ਵੀ ਮਿਲੇ ਉਹ ਵੀ ਜ਼ਮੀਨ ਤਲਾਸ਼ ਰਿਹਾ ਵੀ ਅਗਲੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਦੇ ਵਿੱਚੋਂ ਕੋਈ ਗੱਲ ਉਹਨਾਂ ਦੇ ਹੱਕ 'ਚ ਹੋ ਸਕਦੀ ਹੈ ਸੋ ਉਹਨਾਂ ਕੱਲ ਮੋਗਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਜੀ ਕਿ ਮੇਰੀ ਜਿਹੜੀ ਭੈਣ ਮਲਵਿਕਾ ਉਹ ਅਗਲੀਆਂ ਚੋਣਾਂ ਜਿਹੜੀਆਂ ਲੜੇਗੀ ਹਮ ਮਤਲਬ ਭੈਣ ਲੜਦੇ ਕ ਭਾਈ ਲੜਦਾ ਇਹ ਤਾਂ ਅਜੇ ਨਹੀਂ ਕੁਝ ਕਿਹਾ ਜਾ ਸਕਦਾ ਪਰ ਉਹਨਾਂ ਕਹਿਆ ਵੀ ਅਸੀਂ ਜਿਹੜੇ ਚੋਣ ਜ਼ਰੂਰ ਲੜਾਂਗੇ ਪਰ ਜਦੋਂ ਇਹ ਲੋਕਾਂ ਦੀ ਹੈਲਪ ਹੀ ਕਰ ਰਹੇ ਸਨ ਲੋਕਾਂ ਨੇ ਮਤਲਬ ਕੁਝ ਜਿਹੜੇ ਇਹਨਾਂ ਦੇ ਆਂਟੀ ਸੀ ਉਹਨਾਂ ਨੇ ਪਹਿਲੇ ਕਿ ਐਸਲ ਨੇ ਸ਼ੁਰੂ ਕਰ ਦਿੱਤੇ ਸੀ ਕਿ ਪੋਲਿਟਿਕਸ ਵਿੱਚ ਆਣਗੇ ਆਣਗੇ ਦੇਖੋ ਜੀ ਹੈਲਪ ਬਹੁਤ ਸਾਰੇ ਪੋਲੀਟੀਸ਼ੀਅਨ ਜਿਨ੍ਹਾਂ ਨੇ ਆਉਣੇ ਦੀ ਮਦਦ ਨਹੀਂ ਕੀਤੀ ਇਹਨੇ ਤਾਂ ਮਦਦ ਕਰਕੇ ਆ ਰਿਹਾ ਚੰਗੀ ਗੱਲ ਹੈ ਅੱਗੇ ਨੂੰ ਵੀ ਕੋਈ ਸਟੈਂਡਰਡ ਸੈੱਟ ਕਰੇ ਇਹ ਚੰਗੀ ਗੱਲ ਹੈ ਜੀ ਤੋ ਸਾਨੂੰ ਤਾਂ ਵੈਲਕਮ ਹੂੰ ਦੂਜਿਆਂ ਨੂੰ ਤਾਂ ਬਿਹਤਰ ਹੀ ਹੋਏਗਾ ਨਾ ਜਿਹੜਾ ਸੇਵਾ ਭਾਵਨਾ ਰੱਖਦਾ ਹੈ ਸੇਵਾ ਕਰਦਾ ਆਪਣੇ ਘਰੋਂ ਲਾਉਂਦਾ ਹੈ ਤੋ ਚੰਗੀ ਗੱਲ ਹੈਗੀ ਬਾਕੀ ਤਾਂ ਤਜੋਰੀਆਂ ਭਰਨ ਤੇ ਲੱਗੇ ਹੋਏ ਨਾ ਮੇਵਾ ਸੇਵਾ ਨਹੀਂ ਮੇਵਾ ਹਾਂਜੀ ਕਹਿੰਦੇ ਸੇਵਾ ਕਰਾਂਗੇ ਖਾਂਦੇ ਮੇਵਾ ਸੋ ਇਹਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਦੇ ਵਿੱਚ ਕੋਈ ਅੰਤਰ ਨਹੀਂਗਾ ਸਿਆਸਤ ਜਿਹੜੀ ਕਦੇ ਮਿਸ਼ਨ ਹੁੰਦੀ ਸੀ ਲੋਕਾਂ ਦੀ ਸੇਵਾ ਲਈ ਹੁੰਦੀ ਸੀ ਹੁਣ ਇਹ ਜਿਹੜੀ ਆ ਸੇਵਾ ਨਹੀਂ ਰਹਿ ਗਈ ਹੁਣ ਇਹ ਮੇਵਾ ਬਣ ਗਈ ਹੈ ਤੇ ਜਿਹੜੇ ਜਿੱਤਦੇ ਆ ਉਹਨਾਂ ਚ ਬਹੁ ਗਿਣਤੀ ਵੱਡੀ ਬਹੁ ਗਿਣਤੀ ਹਾਂਜੀ ਪੈਸਾ ਕਮ ਉਂਤੇ ਲੱਗੀ ਹੋਈ ਆ ਇਸ ਕਰਕੇ ਇਹਨਾਂ ਦਾ ਐਡਾ ਵਿਰੋਧ ਜਿਹੜਾ ਹੋ ਰਿਹਾ ਸੋ ਇਹਨਾਂ ਮਾਮਲੇ ਤੇ ਅਸੀਂ ਇਹ ਨਾ ਕਰਨ ਚਾਹਨੇ ਇੱਕ ਮਾਮਲਾ ਜਿਹੜਾ ਉਹ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਤ ਜੀ ਉਹਨਾਂ ਦੀ ਪ੍ਰਧਾਨ ਦੀ ਚੋਣਾਂ ਲਈ ਜੋਦੋ ਸ਼ੁਰੂ ਚੁੱਕੀ ਜੀ 29 ਨਵੰਬਰ ਨੂੰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਹੋਣੀ ਆ ਅਜੇ ਫੈਸਲਾ ਅਗਲੇ ਦਿਨਾਂ ਚ ਹੋ ਜਾਏਗਾ ਚੋਣ ਮਤਲ ਹਰ ਸਾਲ ਇੱਥੇ ਇੱਕ ਜਾ ਕੇ ਕੀਤੀ ਹੁੰਦੀ ਹੈ ਜਦੋਂ ਚੋਣ ਹੋਏਗੀ ਤੇ ਸਵਾਲ ਇਹ ਹੋਏਗਾ ਵੀ ਕੌਣ ਅਗਲਾ ਪ੍ਰਧਾਨ ਬਣੇਗਾ ਐਸਜੀਪੀਸੀ ਦਾ ਹਾਂਜੀ ਐਸਜੀਪੀਸੀ ਸਾਡੇ ਇੱਥੇ ਸਾਰੇ ਜਿਹੜੇ ਸਿੱਖ ਜਗਤ ਹੈ ਜਿਹੜੇ ਸਾਡੇ ਬਾਹਰ ਦੋਸਤ ਵੀ ਰਹਿੰਦੇ ਆ ਉਹਨਾਂ ਦੇ ਵਿੱਚ ਮਿੰਨੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਹੈ ਇਹਦਾ ਬਜਟ ਵੀ ਚੰਗਾ ਚੋਖਾ ਹੋਏਗਾ ਪਰ ਜਿਹੜੇ ਇਹਦੇ ਕੰਮ ਕਾਜ ਆ ਕਈ ਮਾਮਲਿਆਂ ਦੇ ਵਿੱਚ ਇਹਦੇ ਉੱਪਰ ਵੀ ਕਈ ਤਰ੍ਹਾਂ ਦੇ ਦੋਸ਼ ਲੱਗਦੇ ਆ ਕਿਹਦੇ ਥਾਂ ਤੋਂ ਕਿਹ ਚੀਜ਼ ਦੀ ਚੋਰੀ ਹੁੰਦੀ ਕਿਤੇ ਸਬਜੀ ਦੀ ਹੋ ਜਾਂਦੀ ਦੂਜੀ ਥਾਂ ਤੇ ਤੇਲ ਦੀ ਚੋਰੀ ਹੋ ਜਾਂਦੀ ਆ ਹਾਂਜੀ ਤੇ ਅਲਟੀਮੇਟਲੀ ਤਾਂ ਇਹ ਹੋਇਆ ਵੀ ਮਤਲਬ ਮਤਲਬ ਕਾਫੀ ਗਿਣਤੀ ਦੇ ਵਿੱਚ ਜਿਹੜੀਆਂ ਸਾਡੀ ਜਿਹੜੀ ਸਭ ਤੋਂ ਸਤਕਾਰਤ ਪੁਸਤਕ ਮਤਲਬ ਅਸੀਂ ਚਿਰੀ ਗੁਰੂ ਗ੍ਰੰਥ ਸਾਹਿਬ ਪੁਸਤਕ ਤਾਂ ਨਹੀਂ ਕਹਿਣਾ ਚਾਹੀਦਾ ਉਹ ਜਿਹੜਾ ਉਹ ਵੀ ਪਤਾ ਨਹੀਂ ਲੱਗਾ ਮਤਲਬ ਉਹਦੇ ਬਾਰੇ ਵੀ ਇਨਕੁਆਰੀ ਹੋਈ ਉਹ ਵੀ ਕਿਸੇ ਕਿਨਾਰੇ ਨਹੀਂ ਪਹੁੰਚਿਆ ਸੋ ਇਸ ਮਾਮਲੇ ਦੇ ਵਿੱਚ ਜਿਹੜਾ ਨਾ ਗਲਤ ਗੱਲਾਂ ਜਿਹੜੀਆਂ ਨਾ ਉਹਨਿਆ ਨੇ ਉਹਨਾਂ ਨੂੰ ਰੋਕਣ ਦੀ ਲੋੜ ਆ ਜਿਹੜਾ ਨਵਾਂ ਪ੍ਰਧਾਨ ਬਣੇ ਉਹਨਾਂ ਚਾਹੀਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਮਾਣ ਮਰਿਆਦਾ ਉਹ ਕਾਇਮ ਰੱਖੀ ਜਾਵੇ ਪਹਿਲਾਂ ਜਿਹੜੀ ਬੇਅਦਬੀ ਦੇ ਮਾਮਲੇ ਹੋਏ ਉਹਨਾਂ ਦੇ ਖਿਲਾਫ ਜਿਹੜੀ ਸਖਤੀ ਕਰਵਾਈ ਜਾਵੇ ਤਾਂ ਕਿ ਭੁੱਖ ਦੇ ਵਿੱਚ ਕੋਈ ਬੇਅਦਬੀ ਕਰਨ ਬਾਰੇ ਨਾ ਸੋਚੇ ਇਹਨਾਂ ਦਾ ਸਾਡਾ ਕੰਮਕਾਜ ਜਿਹੜਾ ਹੋਣਾ ਚਾਹੀਦਾ ਤੇ ਗੱਲ ਇਹ ਹੈਗੀ ਕਿ ਨਵੇਂ ਪ੍ਰਧਾਨ ਦੀ ਚੋਣ ਲਈ ਜੋਰ ਤੋੜ ਜਿਹੜੇ ਸ਼ੁਰੂ ਹੋ ਚੁੱਕੇ ਆ ਮੈਦਾਨ ਦੇ ਵਿੱਚ ਕਈ ਪਰ ਉਹਨਾਂ ਦੇ ਮੈਦਾਨ ਦੇ ਵਿੱਚ ਹੋਣ ਦਾ ਬਾਲਾ ਕੋਈ ਫਾਇਦਾ ਨਹੀਂ ਹੋਣਾ। ਹੂੰ ਹੂੰ ਫਾਇਦਾ ਇਸ ਕਰਕੇ ਨਹੀਂ ਹੋਣਾ ਕਿ ਪਰਚੀ ਨਿਕਲਣੀ ਹੈ। ਪਰਚੀ ਕਿਦੀ ਨਿਕਲਦੀ ਹੈ? ਉਹ ਸੁਖਵੀਰ ਬਾਦਲ ਨੂੰ ਤਾਂ ਵੱਡੇ ਬਾਦਲ ਨੂੰ ਪਤਾ। ਹੂੰ ਉਹ ਤੋਂ ਬਿਨਾਂ ਤਾਂ ਕਿਸੇ ਨੂੰ ਪਤਾ ਨਹੀਂ ਨਾ। ਤੇ ਵੱਡੇ ਬਾਦਲ ਕੀ ਦੇ ਨਾਂ ਦੀ ਪਰਚੀ ਕੱਢ ਦੇਣਾ। ਹੂੰ ਇਹ ਨੋਬਾਡੀ ਨੋਜ਼ ਹਾਂਜੀ ਇਸ ਕਰਕੇ ਇਹ ਜਿਹੜੀ ਚੌਂ ਨਾ ਇੰਟਰਸਟਿੰਗ ਰ ਗਈ ਜਿੰਨਾ ਚਿਰ ਸਾਹਮਣੇ ਨਹੀਂ ਆ ਜਾਂਦਾ ਵੈਸੇ ਤਿੰਨ ਚਾਰ ਪੰਜ ਉਮੀਦਵਾਰ ਜਿਹੜੇ ਘੁੰਮਦੇ ਫਿਰਦੇ ਆ ਜਤਨ ਚੀਲ ਨੇ ਕਿ ਐਰ ਕੀ ਤਾਜ ਉਹਨਾਂ ਦੇ ਸਿਰ ਤੇ ਤਾਜ ਸਜ ਜਾਵੇ ਜੀ ਇਹਦੇ ਨਾਲ ਜਿਹੜੀਆਂ ਵਿਧਾਨ ਸਭਾ ਚ ਟਿਕਟਾਂ ਮੜੀਆਂ ਉਹਨਾਂ ਨੂੰ ਵੀ ਜੋੜ ਕੇ ਦੇਖਿਆ ਜਾ ਰਿਹਾ ਵੀ ਉਹ ਸ਼ਖਸ ਨੂੰ ਅੱਗੇ ਲਿਆਓ ਜਿਹੜੇ ਜਿਹਨੇ ਅਗਲੀ ਚੋਣ ਨਾਲ ਲੜਨੀ ਹੋਵੇ ਬਹਰਾਲ ਇਹ ਮਾਮਲਾ ਜਿਹੜਾ ਇਹ ਥੋੜੇ ਸਮੇਂ ਤੱਕ ਜਿਹੜਾ ਤੋਂ ਅਗਲੇ ਕੁਝ ਦਿਨਾਂ ਦੇ ਵਿੱਚ ਇਹਦਾ ਪਤਾ ਲੱਗ ਜਾਏਗਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕੀ ਫੈਸਲਾ ਕੀਤਾ ਹੋ ਸਕਦਾ ਉਹ ਚੋਣਾਂ ਵਾਲੇ ਦਿਨ ਤੱਕ ਅੱਗੇ ਲੈ ਜਾਣ ਜੀ ਜੀ ਜਿਵੇਂ ਜੀ ਸਨਾਲੀ ਸਾਡਾ ਅੱਜ ਦਾ ਗੁੱਡ ਮਾਰਨਿੰਗ ਸੰਗਤ ਪ੍ਰੋਗਰਾਮ ਇਥੇ ਸਮਾਪਤ ਹੁੰਦਾ ਹੈ ਸਾਨੂੰ ਦਿਓ ਇਜਾਜ਼ਤ ਸਸਰੀਆ ਜੀ